ਕੀ ਬਾਤ ਹੈ ਜੀ, ਵਾਟ ਅ ਸਟਾਰਟ। ਅੱਜ ਦੀ ਪਹਿਲੀ ਪਰਫਾਰਮੈਂਸ ਤੇ ਸਟੈਂਡਿੰਗ ਓਵੇਸ਼ਨ, ਹਰ ਇੱਕ ਨੋਟ ਤੇ ਵਾਹ ਵਾਹ। ਸ਼ਗਨ ਵੀ ਆ ਰਿਹਾ, ਸ਼ਗਨਾਂ ਵਾਲਾ ਲਿਫਾਫਾ ਵੀ ਆ ਰਿਹਾ ਹੈ। ਵਾਹ ਵਾਹ, ਲਾਡੀ ਸਰ ਇਜ਼ ਕਮਿੰਗ, ਗੁਰਮੀਤ ਸਰ ਵੀ ਮੈਡਲ ਲੈ ਕੇ ਆ ਰਹੇ ਨੇ। ਆਹਾਹਾ, ਕੀ ਬਾਤ ਹੈ। ਵਾਹ ਜੀ ਵਾਹ, ਵਾਹ ਯਾਰ, ਕਮਾਲ ਕਰ ਛੱਡਿਆ ਸੀ। ਕੀ ਬਾਤ ਹੈ ਭਾਈ, ਤੇ ਇਹ ਤਾਂ ਮਾਹੌਲ ਇੱਥੇ ਸੈੱਟ ਕਰ ਦਿੱਤਾ ਜੀ। ਪਹਿਲੀ ਪਰਫਾਰਮੈਂਸ ਨੇ ਕਿ ਆਪਣੀ ਪਰਫਾਰਮੈਂਸ ਦੇ ਨਾਲ ਜੱਜਸ ਨੂੰ ਖਿੱਚ ਕੇ ਸਟੇਜ ਤੱਕ ਲੈ ਕੇ ਆਂਦਾ ਜੀ। 골ਡਨ ਮਾਈਕ ਵੀ ਮਿਲ ਰਿਹਾ, ਜ਼ੋਰਦਾਰ ਤਾੜੀਆਂ। ਲਓ ਜੀ, ਸਟੇਜ ਦੇ ਉੱਤੇ ਜੱਜਸ ਦੇ ਨਾਲ ਨਾਲ 골ਡਨ ਮਾਈਕ ਵੀ ਆ ਚੁੱਕਿਆ, 골ਡਨ ਮੈਡਲ ਵੀ ਆ ਚੁੱਕਿਆ ਤੇ ਸ਼ਗਨਾਂ ਵਾਲਾ ਲਿਫਾਫਾ ਵੀ ਆ ਚੁੱਕਿਆ। ਵਾਹ ਜੀ ਵਾਹ, ਕੀ ਬਾਤ ਹੈ। ਸੋ ਗੁਰਜੀਤ ਜੀ, ਗੱਲ ਕੀ ਹੈ ਕਿ ਸਥਾਈ ਨੀਵੀਂ ਸੀ, ਟੈਕਨੀਕਲ ਪੁਆਇੰਟ ਆ ਹੁੰਦਾ ਜਦੋਂ ਅਸੀਂ ਡਬ ਕਰਦੇ ਹਾਂ ਕਿ ਸਥਾਈ ਦਾ ਸਕੇਲ ਬਹੁਤ ਨੀਵਾਂ ਸੀ ਔਰ ਅੰਤਰਿਆ ਦਾ ਸਕੇਲ ਬਹੁਤ ਹਾਈ, ਸਾਹ ਟੂ ਸਾਹ ਜਾਂਦਾ। ਇਹਨੇ ਥੱਲੇ ਵੀ ਬੈਲੈਂਸ ਠੀਕ ਰੱਖਿਆ, ਅੰਤਰੇ 'ਚ ਵੀ ਬੈਲੈਂਸ ਬਿਲਕੁਲ ਠੀਕ ਰੱਖਿਆ। ਅਤੇ ਮੇਰੇ ਵੱਲੋਂ ਜਿਹੜੀ ਅੱਗੇ ਸੀ ਰਿਕਾਰਡਿੰਗ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਨੰਬਰ 1 ਪਰਫੋਰਮੈਂਸ। ਔਰ ਇੱਕ ਬੜੀ ਕਮਾਲ ਦੀ ਗੱਲ ਹੋਈ, ਇੱਕ ਅੰਤਰੇ 'ਚ ਅਸੀਂ ਇਹਨੂੰ ਦਾਤ ਦਿੱਤੀ ਸਾਰਿਆਂ ਨੇ ਸਾਹਮਣੇ ਤੋਂ, ਔਰ ਅਗਲੀ ਲਾਈਨ ਉਹਨੇ ਦੁਬਾਰਾ ਉਹ ਸੇਮ ਦੁਬਾਰਾ ਗਾਈ, ਉਹਦੇ 'ਚ ਇੱਕ ਮੁਰਕੀ ਐਕਸਟਰਾ ਲਗਾਈ ਇਹਨੇ ਜੋਸ਼ ਦੇ ਵਿੱਚ, ਲੇਕਿਨ ਜੋਸ਼ 'ਚ ਲਗਾਈ ਪਰਫੈਕਟ। ਔਰ ਮੇਰੇ ਹਿਸਾਬ ਨਾਲ ਜੋ ਵੀ ਚੀਜ਼ਾਂ ਇਹ ਕਰ ਰਿਹਾ, ਇਹ ਉਸ ਰਸਤੇ 'ਤੇ ਤੁਰਿਆ ਹੋਇਆ ਜਿਸ ਰਸਤੇ ਉੱਤੇ ਮਿਊਜ਼ਿਕ ਦੀ ਤਾਰੀਫ ਹੁੰਦੀ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ।